गुरु की सेवा सफल है ये वो करे चित्रदाई सतगुरु की सेवा सफल है ये वो करे चित्रदाई सतगुरु की सेवा मन खिंदिया फल पावना सतगुरु की सेवा सफल है जे वो करे चित्रदाई सतगुरु की सेवा सफल है जे वो करे चित्रदाई जे वो करे ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਬੜੀ ਅਪਰ ਅਪਾਰ ਕਿਰਪਾ ਦਾ ਸਦਕਾ ਉਹਨਾਂ ਨੇ ਆਪਣੇ ਸੇਵਕ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਬਰਮਿੰਗਮ ਇੰਗਲੈਂਡ ਵਾਲੇ ਉਹਨਾਂ ਦੇ ਸਿਰ ਦੇ ਉੱਪਰ ਆਪਣਾ ਹੱਥ ਮਿਹਰ ਭਰਿਆ ਹੱਥ ਰੱਖ ਕੇ ਜੋ ਸੇਵਾ ਕਈ ਸਾਲਾਂ ਤੋਂ ਲਗਾਤਾਰ ਚੱਲ ਰਹੀ ਹੈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਬਾ ਜੀ ਆਪਣੀ ਪੂਰੀ ਸੰਗਤ ਨੂੰ ਨਾਲ ਲੈ ਕੇ ਅੱਜ ਸਵੇਰ ਤੋਂ ਲੈ ਕੇ ਸੇਵਾ ਚਾਲੂ ਹੋਈ ਹੈ ਔਰ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਦੇ ਸੋਨੇ ਦੇ ਪੱਤਰਿਆਂ ਦੀ ਜੋ ਸੇਵਾ ਸਫਾਈ ਦੀ ਹੈ ਉਹ ਪੂਰੀ ਸੇਵਾ 10 ਦਿਨ ਦੇ ਅੰਤਰਾਲ ਦੇ ਵਿੱਚ ਸੰਪੂਰਨ ਕਰਨਗੇ ਹੁਣ ਸਾਡੇ ਵੀਰ ਜੀ ਭਾਈ ਗੁਰਦਿਆਲ ਸਿੰਘ ਜੀ ਆਪ ਜੀ ਨੂੰ ਦੱਸਣਗੇ ਬਾਬਾ ਜੀ ਦੇ ਗੁਰਦਿਆਲ ਸਿੰਘ ਜੀ ਕਿੰਨੇ ਚਿਰ ਤੋਂ ਆਪਾਂ ਲਗਾਤਾਰ ਇਸ ਸੇਵਾ ਦੇ ਵਿੱਚ ਸ਼ਾਮਲ ਹੋਏ ਆਪਣੀ ਹੋਈ ਹੈ ਨਵੇਂ ਸੋਨੇ ਸੇਵਾ ਹਾਂਜੀ 1995 ਤੋਂ 1999 ਤੱਕ ਹੋਈ ਹੈ ਹਾਂਜੀ ਮਹਾਰਾਜ ਰਣਜੀਤ ਸਿੰਘ ਤੋਂ ਬਾਅਦ 150 ਸਾਲ ਕੋਈ ਸੇਵਾ ਨਹੀਂ ਹੋ ਸਕੀ ਇਸ ਕਰਕੇ ਮਹਾਰਾਜ ਨੇ ਗੁਰੂ ਨਾਨਕ ਦੇਵ ਨਾਮ ਸਿਰਤੇ ਨੂੰ ਸੇਵਾ ਬਖਸ਼ੀ ਤੇ ਪੱਤਰੇ ਸੇਵਾ ਕੀਤੀ ਇਹਦੇ ਵਿੱਚ 24 ਪੱਤਰੇ ਲਾਏ ਗਏ ਉਹਨਾਂ ਦੀ ਧਵਾਏ ਆਪਣੀ ਕੰਮ ਕਰ ਰੱਖਣ ਵਾਸਤੇ ਹਰੇਕ ਸਾਲ ਸੰਗਤ ਆਉਂਦੀ ਹੈ ਮਹਾਰਾਜ ਮਹਾਂਪੁਰਸ਼ ਆਸ਼ੀਰਵਾਦ ਲੈ ਕੇ ਡਾਕ ਮੈਂਬਰ ਆਉਂਦੇ ਹਨ ਤੇ ਤਕਰੀਬਨ 10 ਤੋਂ 11 12 ਮਹਾਰਾਜ ਕਾਮਿੰਗ ਨਹੀਂ ਕਿਸੇ ਕਾਮਿੰਗ ਲਾ ਨਹੀਂ ਸਕਦੇ ਕੁਆਲਿਟੀ ਐਂਡ ਕੁਆਂਟਿਟੀ ਸੇਵਾ ਕਰਨੀ ਹੈ ਤੇ ਧਵਾਈ ਜੋ ਹੈ ਰੀਠੇ ਨਾਲ ਕੀਤੀ ਜਾਂਦੀ ਹੈ ਰੀਠਾ ਜੋ ਪ੍ਰਾਥਮਿਕ ਰੀਠਾ ਹੈ ਉਹ ਕੈਮੀਕਲ ਨਹੀਂ ਹੈ ਇਸ ਨੂੰ 3 ਘੰਟੇ ਉਬਾਲ ਕੇ ਉਸ ਨੂੰ ਸਾਬਣ ਲਾ ਜਾਂ ਨੈਚੁਰਲ ਕੋਲਚੋਰ ਬਾਕੀ ਨਿੰਬੂ ਯੂਜ਼ ਕੀਤਾ ਆਪਣਾ ਡਰਾਈ ਪਾਊਡਰ ਯੂਜ ਕੀਤੇ ਕਰੀ ਜਾਂਦੇ ਜਿੱਥੇ ਨਾ ਫਲਾਵਰਸ ਹੁੰਦੇ ਹਨ ਉਹਦੇ ਵਿੱਚ ਪਾਊਡਰ ਦੇ ਨਾਲ ਸੁੱਧ ਬਰੱਸ਼ ਨਾਲ ਵੀ ਨੈਲ ਕੱਢੀ ਜਾਂਦੀ ਹੈ ਤੇ ਮਹਾਰਾਜ ਕਿਰਪਾ ਨਾਲ ਉਹ ਹੀ ਕੰਮ ਵਾਪਸ ਆ ਜਾਂਦੀ ਹੈ ਇਹ ਪੋਲੂਸ਼ਨ ਦਾ ਕਰਕੇ ਪੋਲੂਸ਼ਨ ਕਰਕੇ ਅੱਜ ਦੇਖੋ ਤੁਹਾਨੂੰ ਦੇਖ ਨਹੀਂ ਹੁੰਦਾ ਇੰਨੇ ਕੰਮ ਕਰ ਹੈ ਇਟ ਓਨਲੀ ਲਾਸਟ 3 ਮੰਥਸ 10 ਮਿੰਟ ਬਾਅਦ ਸੋਲੂਸ਼ਨ ਦੇ ਨਾਲ ਮੀਂਹ ਦੇ ਨਾਲ ਪਾਣੀ ਜੰਮ ਜਾਂਦਾ ਕਾਲਾ ਕਾਲਾ ਹੋਰ ਕੁਛ ਨਹੀਂ ਹੁੰਦਾ ਕਾਲਾ ਕਾਲਾ ਪਾਣੀ ਜੰਮਿਆ ਹੁੰਦਾ ਸਮੋਕ ਦੇ ਨਾਲ ਬਿਲਕੁਲ ਸਾਫ਼ ਹੋ ਜਾਂਦਾ ਕੀ ਹੱਲ ਕੀ ਹੈ ਜੀ ਇਸ ਪ੍ਰਦੂਸ਼ਣ ਤੋਂ ਰੋਕਥਾਮ ਵਾਸਤੇ ਕੋਈ ਸਰਕਾਰਾਂ ਕਰਨਗੀਆਂ ਸਾਨੂੰ ਸੇਵਾ ਮਿਲ ਜਾਂਦੀ ਸਾਨੂੰ ਆਪਣਾ ਲਾਲਚ ਸਾਨੂੰ ਆਪਣੀ ਲਾਲਚ ਦੀ ਸੇਵਾ ਮਿਲਦੀ ਹੈ ਪੋਲਿਊਸ਼ਨ ਕੰਟਰੋਲ ਸਰਕਾਰਾਂ ਨੇ ਕਰਨਾ
ਦੇਖੋ ਕਰੇ।